ਪੰਜਾਬ ਦੇ ਵਿੱਚ 26 ਜਨਵਰੀ ਦੇ ਪਲਾਨਸ ਕੁਝ ਚੇਂਜ ਹੁੰਦੇ ਨਜ਼ਰ ਆ ਰਹੇ ਆ, ਕੁਝ ਬਦਲਦੇ ਨਜ਼ਰ ਆ ਰਹੇ ਨੇ। ਉਹ ਇਸ ਕਾਰਨ ਕਿਉਂਕਿ ਜਿਹੜਾ ਪ੍ਰੋਗਰਾਮ ਮਿੱਥਿਆ ਗਿਆ ਸੀ ਉਸ ਦੇ ਵਿੱਚ ਕੁਝ ਤਕਨੀਕੀ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਜ਼ਰੂਰੀ ਸੀ। ਦਰਅਸਲ ਗਣਤੰਤਰ ਦਿਵਸ ਦੇ ਵਿੱਚ ਝਾਕੀਆਂ ਦਾ ਪ੍ਰੋਗਰਾਮ, ਗਣਤੰਤਰ ਦਿਵਸ ਨੂੰ ਪੰਜਾਬ 'ਚ ਮਨਾਉਣ ਦਾ ਪ੍ਰੋਗਰਾਮ ਲੁਧਿਆਣਾ ਦੇ ਗਰਾਊਂਡ ਦੇ ਵਿੱਚ ਮਿੱਥਿਆ ਗਿਆ ਸੀ, ਪਰ ਉਸ ਗਰਾਊਂਡ ਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਸਿੰਥੈਟਿਕ ਟਰੈਕ ਲਗਾਇਆ ਗਿਆ ਜੋ ਕਿ ਖਿਡਾਰੀਆਂ ਦੇ ਵਾਸਤੇ ਅਤਿ ਮਹੱਤਵਪੂਰਨ ਹੈਗਾ। ਅਤੇ ਗਣਤੰਤਰ ਦਿਵਸ ਦੇ ਮੌਕੇ ਉਸ ਸਟੇਡੀਅਮ ਦੇ ਵਿੱਚ, ਉਸ ਲੁਧਿਆਣਾ ਸਟੇਡੀਅਮ ਦੇ ਵਿੱਚ ਵੱਡੇ ਪੱਧਰ 'ਤੇ ਇਕੱਠ ਹੋਣਾ ਸੀ, VIPs ਦੇ ਵਾਸਤੇ ਆਸਣ ਲਗਾਉਣੇ ਸੀ, ਦਰਸ਼ਕਾਂ ਦੇ ਵਾਸਤੇ ਆਸਣ ਲਾਉਣੇ ਸੀ, ਵਿਦਿਆਰਥੀਆਂ ਦੇ ਵਾਸਤੇ ਜਿਹੜੇ ਉੱਥੇ ਪਹੁੰਚਣੇ ਸੀ ਉਹਨਾਂ ਵਾਸਤੇ ਆਸਣ ਲਾਉਣੇ ਸੀ। ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਝਾਕੀ ਕੱਢਣੀ ਸੀ ਉਸ ਟਰੈਕ ਦੇ ਉੱਤੇ ਉਸ ਦੀਆਂ ਮਸ਼ੀਨਰੀਆਂ ਦੇ ਨਾਲ, ਅਤੇ ਉਸ ਤੋਂ ਬਾਅਦ ਜੋ ਸਮਾਗਮ ਸਾਰਾ ਹੋਣਾ ਸੀ ਉਸ ਤੋਂ ਬਾਅਦ ਉਹ ਸਾਰਾ ਟਰੈਕ ਜਿਹੜਾ ਸਿੰਥੈਟਿਕ ਟਰੈਕ ਖਿਡਾਰੀਆਂ ਵਾਸਤੇ ਲਾਇਆ ਗਿਆ ਸੀ ਉਹ ਖਰਾਬ ਹੋਣ ਦਾ ਖਦਸ਼ਾ ਜਤਾਇਆ ਗਿਆ। ਔਰ ਇਸੇ ਦੇ ਚੱਲਦੇ CM ਭਗਵੰਤ ਮਾਨ ਵੱਲੋਂ ਇਹ ਪਲਾਨ ਬਦਲ ਦਿੱਤਾ ਗਿਆ, ਇਸ ਦੇ ਵਿੱਚ ਜ਼ਰਾ ਤਬਦੀਲੀ ਕੀਤੀ ਗਈ ਹੈ, ਔਰ ਇਸ ਨੂੰ ਲੁਧਿਆਣਾ ਦੇ ਸਟੇਡੀਅਮ ਤੋਂ ਬਦਲ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜਾ ਉਹ ਕਰ ਦਿੱਤਾ ਗਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੁਣ ਗਣਤੰਤਰ ਦਿਵਸ ਮਨਾਉਣ ਦਾ ਪ੍ਰੋਗਰਾਮ ਜਿਹੜਾ ਉਹ ਸੂਬਾ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਮਿੱਥ ਲਿਆ ਗਿਆ। CM ਭਗਵੰਤ ਮਾਨ ਵੱਲੋਂ ਇਸ ਬਾਰੇ ਇੱਕ ਵਿਸ਼ੇਸ਼ ਟਵੀਟ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਕਿਉਂਕਿ ਜਦੋਂ ਗਣਤੰਤਰ ਦਿਵਸ ਮਨਾਇਆ ਜਾਵੇਗਾ ਜ਼ਾਹਿਰ ਤੌਰ ਦੇ ਉੱਤੇ ਉੱਥੇ ਜਿਹੜੇ VIP ਆਉਣਗੇ, ਜਿਹੜੇ ਮਹਿਮਾਨ ਆਉਣਗੇ ਅਤੇ ਜਿਹੜੇ ਦਰਸ਼ਕ ਆਉਣਗੇ ਉਹਨਾਂ ਦੇ ਬੈਠਣ ਵਾਸਤੇ, ਵਿਰਾਜਣ ਵਾਸਤੇ ਵੀ ਇੱਕ ਵੱਖਰੀ ਥਾਂ ਰੱਖਣੀ ਪਵੇਗੀ, ਉੱਥੇ ਵੀ ਸਾਰਾ ਬੰਦੋਬਸਤ ਕਰਨਾ ਪਵੇਗਾ। ਅਤੇ ਦੂਜੇ ਪਾਸੇ ਜਿੱਥੇ ਇਹ ਸਾਰੀਆਂ ਝਾਕੀਆਂ ਕੱਢੀਆਂ ਜਾਣਗੀਆਂ, ਖਾਸ ਕਰਕੇ ਸਟੇਡੀਅਮ ਦੇ ਵਿੱਚ ਜਿੱਥੇ ਨਵਾਂ ਸਿੰਥੈਟਿਕ ਟਰੈਕ ਲਗਾਇਆ ਗਿਆ ਹੈ, ਉੱਥੇ ਉਹ ਟਰੈਕ ਖਰਾਬ ਹੋ ਸਕਦਾ ਹੈ, ਡੈਮੇਜ ਹੋ ਸਕਦਾ ਹੈ ਉਹਨਾਂ ਸਾਰੀਆਂ ਝਾਕੀਆਂ ਦੇ ਨਾਲ, ਵਰਤੀ ਜਾਣ ਵਾਲੀ ਮਸ਼ੀਨਰੀ ਦੇ ਨਾਲ, ਔਰ ਸਾਰੇ ਗਣਤੰਤਰ ਦਿਵਸ ਦੇ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੇ ਨਾਲ ਉਸ ਸਟੇਡੀਅਮ ਦਾ ਖਰਾਬ ਹੋਣਾ ਨਿਸ਼ਚਿਤ ਹੋ ਗਿਆ ਸੀਗਾ, ਜਿਸ ਵਾਸਤੇ ਇਹ ਫੈਸਲਾ ਲੈ ਲਿਆ ਗਿਆ ਕਿ ਹੁਣ ਇਹ ਪਲਾਨ ਬਦਲ ਦਿੱਤਾ ਜਾਵੇਗਾ। ਔਰ ਇਸ ਨੂੰ ਬਦਲ ਕੇ ਗਣਤੰਤਰ ਦਿਵਸ ਦਾ ਸਮਾਗਮ ਜਿਹੜਾ ਆ ਉਹ ਲੁਧਿਆਣਾ ਸਟੇਡੀਅਮ ਦੇ ਵਿੱਚ ਨਾ ਹੋ ਕੇ ਸਗੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਰਾਉਣਾ ਮਿੱਥ ਲਿਆ ਗਿਆ। CM ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ, ਤੁਹਾਨੂੰ ਟਵੀਟ ਵੀ ਪੜ੍ਹ ਕੇ ਸੁਣਾ ਦਿੰਦੇ ਹਾਂ। ਆਪਣੇ ਟਵੀਟ ਵਿੱਚ CM ਭਗਵੰਤ ਮਾਨ ਲਿਖਦੇ ਨੇ ਕਿ 26 ਜਨਵਰੀ ਨੂੰ ਲੁਧਿਆਣੇ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਦੀ ਪਰੇਡ PAU ਦੀ ਗਰਾਊਂਡ ਦੇ ਵਿੱਚ ਹੋਵੇਗੀ। ਲੁਧਿਆਣਾ ਸਟੇਡੀਅਮ ਦੇ ਵਿੱਚ ਅਸੀਂ ਹੁਣੇ ਹੁਣੇ ਨਵਾਂ ਸਿੰਥੈਟਿਕ ਟਰੈਕ ਬਣਾਇਆ, ਅਸੀਂ ਨਹੀਂ ਚਾਹੁੰਦੇ ਕਿ ਪਰੇਡ ਦੇ ਨਾਲ ਉਸਨੂੰ ਕੋਈ ਨੁਕਸਾਨ ਪਹੁੰਚੇ। ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ ਵਿੱਚ ਪਰੇਡ ਨਹੀਂ ਹੋਵੇਗੀ, ਨਿਰਦੇਸ਼ ਜਾਰੀ ਨੇ। ਜ਼ਾਹਿਰ ਤੌਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਜਿਸ ਕਿਸੇ ਸਟੇਡੀਅਮ ਦੇ ਵਿੱਚ ਸਿੰਥੈਟਿਕ ਟਰੈਕ ਲਗਾਏ ਹੋਏ ਨੇ ਉੱਥੇ ਪਰੇਡ ਨਹੀਂ ਹੋਵੇਗੀ। ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਜਦੋਂ ਪਰੇਡ ਹੁੰਦੀ ਹੈ ਜਾਂ ਕੋਈ ਪ੍ਰੋਗਰਾਮ ਇਹਨਾਂ ਸਟੇਡੀਅਮਸ ਦੇ ਵਿੱਚ ਕਰਵਾਇਆ ਜਾਂਦਾ ਤਾਂ ਸਿੰਥੈਟਿਕ ਟਰੈਕ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਖਿਡਾਰੀਆਂ ਦੇ ਜੀਵਨ ਦਾ, ਉਹ ਖਰਾਬ ਹੋਣ ਦਾ ਵੱਡਾ ਖਦਸ਼ਾ ਹੁੰਦਾ, ਔਰ ਉਸੇ ਦੇ ਨਾਲ ਖਿਡਾਰੀਆਂ ਦਾ ਜੀਵਨ ਜਿਹੜਾ ਉਹ ਨਿਰਭਰ ਹੈ, ਉਸ ਉੱਤੇ ਹੀ ਨਿਰਭਰ ਹੁੰਦਾ ਅਤੇ ਉਸ ਦੇ ਨਾਲ ਪ੍ਰਭਾਵਿਤ ਵੀ ਹੁੰਦਾ। ਇਸ ਵਾਸਤੇ CM ਭਗਵੰਤ ਮਾਨ ਨੇ ਐਲਾਨ ਕੀਤਾ ਕਿ ਖਿਡਾਰੀਆਂ ਦੇ ਜੀਵਨ ਦੇ ਵਿੱਚ, ਖਿਡਾਰੀਆਂ ਦੀ ਸਕਸੈਸ ਦੇ ਵਿੱਚ ਕੋਈ ਵੀ ਅੜਚਨ ਨਾ ਆਵੇ, ਇਸ ਕਰਕੇ ਜਿੱਥੇ ਕਿਤੇ ਟਰੈਕ ਨੇ ਸਿੰਥੈਟਿਕ ਟਰੈਕ ਨੇ ਉੱਥੇ ਕੋਈ ਵੀ ਸਮਾਗਮ ਨਹੀਂ ਹੋਵੇਗਾ। ਤੁਹਾਨੂੰ ਦੂਜੇ ਪਾਸੇ ਇਹ ਵੀ ਦੱਸ ਦਈਏ ਕਿ ਜਿਹੜੀ ਗਣਤੰਤਰ ਦਿਵਸ ਸਮਾਗਮ ਦੇ ਵਿੱਚ ਪੰਜਾਬ ਦੀ ਝਾਕੀ ਸੀ ਉਹੀ ਜਿਹੜੀ ਸੈਂਟਰ ਲੈਵਲ ਦੇ ਉੱਤੇ ਦਿੱਲੀ ਜਾ ਕੇ ਪੇਸ਼ ਹੋਣੀ ਸੀ ਉਹ ਹੁਣ ਪੰਜਾਬ ਦੇ ਅੰਦਰ ਜਿਹੜਾ ਗਣਤੰਤਰ ਦਿਵਸ ਪਰੇਡ ਕੱਢੀ ਜਾਵੇਗੀ ਲੁਧਿਆਣੇ ਦੇ PAU ਦੇ ਵਿੱਚ, ਇਹ ਝਾਕੀ ਉੱਥੇ ਦਿਖਾਈ ਜਾਵੇਗੀ ਜਿੱਥੇ ਪੰਜਾਬ ਦੇ ਲੋਕ ਇਕੱਠੇ ਹੋ ਕੇ CM ਭਗਵੰਤ ਮਾਨ ਆ ਕੇ
ਉਹ ਗਣਤੰਤਰ ਦਿਵਸ ਸਮਾਗਮ ਮਨਾਉਣਗੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇਹ ਵੈਨਿਊ ਬਦਲ ਦਿੱਤਾ ਗਿਆ, ਜਿੱਥੇ ਪਹਿਲਾਂ ਲੁਧਿਆਣਾ ਸਟੇਡੀਅਮ ਸੀ ਉਹ ਬਦਲ ਕੇ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਰ ਦਿੱਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਪਲਾਨ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਤੁਹਾਡੇ ਸਮੱਖ ਰੱਖਦੇ ਰਹਾਂਗੇ। ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।